ਜਦੋਂ ਇਸ ਐਡੇ ਵੱਡੇ ਪੱਧਰ ਦੀਆਂ ਗੱਲਾਂ ਹੁੰਦੀਆਂ ਨੇ ਨਾ, ਵੀ ਜਿਹੜੀ ਜਿਹੜੀ ਜਿਹੜੇ ਬੰਦੇ ਦੀ ਚਰਚਾ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਹੈ, ਨੈਸ਼ਨਲ ਮੀਡੀਆ ਦੇ ਵਿੱਚ, ਸੁਰਖੀਆਂ ਦੇ ਵਿੱਚ ਹੈ, ਤਾਂ ਉੱਥੇ ਦੇਖੋ ਲੀਗਲੀ ਇਹ ਨਹੀਂ ਹੁੰਦਾ ਵੀ ਕੋਈ ਬੰਦਾ ਮੈਂਬਰ ਪਾਰਲੀਮੈਂਟ ਬਣ ਜਾਵੇ ਜਾਂ ਐਮ ਐਲ ਏ ਬਣ ਜਾਵੇ ਜਾਂ ਸੀ ਐਮ ਬਣ ਜਾਵੇ ਉਸਦੀ ਕੋਈ ਰਿਹਾਈ ਹੋ ਜੂ। ਜੋ ਪੂਰਵ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਝਾਰਖੰਡ ਦੇ, ਉਹ ਵੀ ਜੇਲ੍ਹ ਦੇ ਵਿੱਚ ਨੇ ਈ ਡੀ ਦੇ ਕੇਸ ਦੇ ਵਿੱਚ, ਆਏ ਨਹੀਂ ਹੁੰਦਾ। ਮੁਖਤਿਆਰ ਅੰਸਾਰੀ ਉਹ ਵੀ ਮੇਰੇ ਹਿਸਾਬ ਨਾਲ ਐਮ ਐਲ ਏ ਬਣ ਕੇ ਅੰਦਰ ਹੀ ਰਹੇ ਸੀ, ਪੱਪੂ ਯਾਦਵ। ਇਹ ਨਹੀਂ ਹੁੰਦਾ ਵੀ ਕੋਈ ਬੰਦਾ ਪੋਲੀਟੀਕਲ ਅਹੁਦੇ 'ਤੇ ਆ ਜਾਵੇ ਅਤੇ ਉਸਦੀ ਰਿਹਾਈ ਹੋ ਜਾਂਦੀ ਹੈ। ਪਰ ਜਦੋਂ ਉਹਨਾਂ 'ਤੇ ਲੱਗਿਆ ਕਾਨੂੰਨ ਹੈ, ਉਹ ਇੱਕ ਪੋਲੀਟੀਕਲ ਕਾਨੂੰਨ ਹੈ, ਉਹ ਕੋਈ ਦੰਡ ਦੇਣ ਵਾਲਾ ਕਾਨੂੰਨ ਨਹੀਂ ਹੈ, ਉਹ ਕੋਈ ਕ੍ਰਿਮੀਨਲ ਨਹੀਂ ਬਣਾ ਦਿੰਦਾ, ਬੰਦੇ ਨੂੰ ਅੰਡਰ ਟ੍ਰਾਇਲ ਨਹੀਂ ਬਣਾ ਦਿੰਦਾ, ਉਹ ਪੋਲੀਟੀਕਲੀ ਉਹਨਾਂ ਨੂੰ ਨਜ਼ਰਬੰਦ ਕੀ। ਪਰ ਜੋ ਐੱਨ ਐੱਸ ਏ ਹੈ, ਅਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਤਾਂ ਮੈਸੇਜ ਲੋਕਾਂ ਦਾ ਪ੍ਰੈਸ਼ਰ ਬਣੂਗਾ, ਸੈਂਟਰ ਸਰਕਾਰ 'ਤੇ ਬਣੂਗਾ, ਪੰਜਾਬ ਸਰਕਾਰ 'ਤੇ ਬਣੂਗਾ ਵੀ ਦੇਖੋ ਇਹ ਤੁਹਾਡੀ ਪ੍ਰਣਾਲੀ ਦੇ ਵਿੱਚੋਂ, ਚੋਣ ਪ੍ਰਣਾਲੀ ਦੇ ਵਿੱਚੋਂ ਲੋਕਾਂ ਦਾ ਦਿੱਤਾ ਹੋਇਆ ਇੱਕ ਫਤਵਾ ਹੈ। ਜਿਹੜੇ ਬੰਦੇ ਨੂੰ ਲੋਕ ਨਹੀਂ ਸਪੋਰਟ ਕਰਦੇ ਹੋਣਗੇ ਤਾਂ ਉੱਥੇ ਤਾਂ ਉਹ ਗੱਲ ਵੀ ਨਹੀਂ ਕਰਨਗੇ ਕਿਤੇ, ਅਤੇ ਜਿਹੜੇ ਬੰਦੇ ਨੂੰ ਲੋਕ ਸਪੋਰਟ ਕਰ ਦੇਣਗੇ ਅਤੇ ਉਹ ਮਤਲਬ ਕਿ ਲੋਕਾਂ ਨੇ ਤਾਂ ਕਹਿਤਾ ਵੀ ਇਹ ਨਿਰਦੋਸ਼, ਅਦਾਲਤਾਂ ਦੇ ਵਿੱਚੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਨਿਰਦੋਸ਼ ਸਾਬਤ ਹੋਇਆ। 307 ਕਦੇ 100 ਸਾਲ ਲੱਗ ਜੇ ਕਦੇ ਸਾਬਤ ਨਹੀਂ ਹੋ ਸਕਦੀ ਭਾਈ ਅੰਮ੍ਰਿਤਪਾਲ ਸਿੰਘ ਦੇ ਅਗੇਂਸਟ ਅਜਨਾਲੇ ਕਾਂਡ, ਤਾਂ ਇਹ ਵੀ ਉਹਨਾਂ ਨੇ ਜੋ ਨਿਰਦੋਸ਼ ਸਾਬਤ ਹੋ ਜਾਣੇ, ਪਰ ਲੋਕਾਂ ਦਾ ਇੱਕ ਮੈਂਡੇਟ ਹੋ ਜਾਣਾ ਵੀ ਇਹ ਨਿਰਦੋਸ਼ ਹੈ, ਇਹਨਾਂ ਦੀ ਬੰਦ ਖਲਾਸੀ ਹੋਣੀ ਚਾਹੀਦੀ ਹੈ। ਸਰਕਾਰਾਂ 'ਤੇ ਪ੍ਰੈਸ਼ਰ ਬਣ, ਸਰਕਾਰਾਂ ਵੋਟਾਂ 'ਤੇ ਖੜੀਆਂ ਹੁੰਦੀਆਂ ਨੇ, ਲੀਡਰਾਂ ਦੀਆਂ ਜ਼ਮੀਰਾਂ ਵੋਟਾਂ 'ਤੇ ਹੁੰਦੀਆਂ ਨੇ, ਇਹਨਾਂ ਨੇ ਲੱਤਾਂ ਕੰਬ ਜਾਣੀਆਂ ਨੇ, ਇਹਨਾਂ ਨੇ ਜੋ ਬੰਦ ਖਲਾਸੀ ਕਰ ਦੇਣੀ। ਜੇ ਉਹ ਬਾਹਰ ਆ ਜਾਂਦੇ ਨੇ ਅਤੇ ਜਿਹੜੇ ਉਹਨਾਂ ਦੇ ਸਾਥੀਆਂ ਦੇ ਵੀ ਨਾਲ ਗ੍ਰਿਫਤਾਰੀ ਹੋਈ ਹੈ, ਉਹਨਾਂ ਦਾ ਫਿਰ ਕੀ ਬਣੂ, ਉਹ ਵੀ ਉਹਨਾਂ ਦੇ ਨਾਲ ਬਾਹਰ ਆ ਸਕਦੇ ਨੇ? ਹਾਂਜੀ, ਦੇਖੋ ਜੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹਨਾਂ ਨੇ ਮੇਨ ਜੋ ਦਿਖਾਇਆ, ਜੋ ਮੇਨ ਬ੍ਰੇਨ ਦਿਖਾਇਆ ਹਰੇਕ ਚੀਜ਼ ਦੇ ਵਿੱਚ, ਜਿਹੜੇ ਨਾਲ ਦੇ ਸਾਥੀ ਨੇ ਉਹਨਾਂ 'ਤੇ ਵੀ ਐੱਨ ਐੱਸ ਏ ਇਸੇ ਕਰਕੇ ਲਾਈ ਹੈ, ਭਾਈ ਅੰਮ੍ਰਿਤਪਾਲ ਸਿੰਘ ਦੇ ਉਹ ਸਾਥੀ ਨੇ ਉਹਨਾਂ ਦੇ ਉੱਪਰ, ਜੋ ਉਸ ਤੋਂ ਬਾਅਦ ਹੈ ਜੋ ਪਰਚੇ ਪਾਏ ਨੇ ਭਾਈ ਅੰਮ੍ਰਿਤਪਾਲ ਸਿੰਘ 'ਤੇ ਮੇਨ ਬਣਾ ਕੇ ਪਾਏ ਨੇ, ਭਾਈ ਅੰਮ੍ਰਿਤਪਾਲ ਸਿੰਘ ਦੀਆਂ ਸਪੀਚਾਂ ਦੇ ਕੇ ਬਾਕੀ ਨੌਵਾਂ 'ਤੇ ਐੱਨ ਐੱਸ ਏ ਲੱਗੀ ਹੈ, ਅਤੇ ਜੇ ਮੇਨ ਬੰਦੇ ਦੀ ਬੰਦ ਖਲਾਸੀ ਹੋ ਜੇ ਤਾਂ ਫਿਰ ਨਾਲਦਿਆਂ ਦੀ ਤਾਂ ਬਦੋ ਬਦੀ ਆਟੋਮੈਟਿਕਲੀ ਹੋ ਜਾਣੀ ਹੈ, ਅਤੇ ਫਿਰ ਮਗਰ ਕੁਛ ਰਹਿ ਨਹੀਂ ਜਾ। ਤਾਂ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਬੰਦ ਖਲਾਸੀ ਹੁੰਦੀ ਹੈ ਤਾਂ ਜਿਹੜੇ ਬਾਕੀ ਨੌ ਨਾਲ ਨੇ ਉਹਨਾਂ ਦੀ ਵੀ ਜੋ ਐੱਨ ਐੱਸ ਏ ਟੁੱਟ ਜਾਣੀ ਚਾਹੀਦੀ ਹੈ। ਸੋ ਜਦੋਂ ਇਸ ਐਡੇ ਵੱਡੇ ਪੱਧਰ ਦੀਆਂ ਗੱਲਾਂ ਹੁੰਦੀਆਂ ਨੇ ਨਾ, ਵੀ ਜਿਹੜੀ ਜਿਹੜੀ ਜਿਹੜੇ ਬੰਦੇ ਦੀ ਚਰਚਾ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਹੈ, ਨੈਸ਼ਨਲ ਮੀਡੀਆ ਦੇ ਵਿੱਚ, ਸੁਰਖੀਆਂ ਦੇ ਵਿੱਚ ਹੈ, ਤਾਂ ਉੱਥੇ ਦੇਖੋ ਲੀਗਲੀ ਇਹ ਨਹੀਂ ਹੁੰਦਾ ਵੀ ਕੋਈ ਬੰਦਾ ਮੈਂਬਰ ਪਾਰਲੀਮੈਂਟ ਬਣ ਜਾਵੇ ਜਾਂ ਐੱਮ ਐੱਲ ਏ ਬਣ ਜਾਵੇ ਜਾਂ ਸੀ ਐੱਮ ਬਣ ਜਾਵੇ ਉਸਦੀ ਕੋਈ ਰਿਹਾਈ ਹੋ ਜੂ। ਜੋ ਪੂਰਵ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਝਾਰਖੰਡ ਦੇ, ਉਹ ਵੀ ਜੇਲ੍ਹ ਦੇ ਵਿੱਚ ਨੇ ਈ ਡੀ ਦੇ ਕੇਸ ਦੇ ਵਿੱਚ, ਆਏ ਨਹੀਂ ਹੁੰਦਾ। ਮੁਖਤਿਆਰ ਅੰਸਾਰੀ ਉਹ ਵੀ ਮੇਰੇ ਹਿਸਾਬ ਨਾਲ ਐੱਮ ਐੱਲ ਏ ਬਣ ਕੇ ਅੰਦਰ ਹੀ ਰਹੇ ਸੀ, ਪੱਪੂ ਯਾਦਵ। ਇਹ ਨਹੀਂ ਹੁੰਦਾ ਵੀ ਕੋਈ ਬੰਦਾ ਪੋਲੀਟੀਕਲ ਅਹੁਦੇ 'ਤੇ ਆ ਜਾਵੇ ਅਤੇ ਉਸਦੀ ਰਿਹਾਈ ਹੋ ਜਾਂਦੀ ਹੈ। ਪਰ ਜਦੋਂ ਉਹਨਾਂ 'ਤੇ ਲੱਗਿਆ ਕਾਨੂੰਨ ਹੈ, ਉਹ ਇੱਕ ਪੋਲੀਟੀਕਲ ਕਾਨੂੰਨ ਹੈ, ਉਹ ਕੋਈ ਦੰਡ ਦੇਣ ਵਾਲਾ ਕਾਨੂੰਨ ਨਹੀਂ ਹੈ, ਉਹ ਕੋਈ ਕ੍ਰਿਮੀਨਲ ਨਹੀਂ ਬਣਾ ਦਿੰਦਾ, ਬੰਦੇ ਨੂੰ ਅੰਡਰ ਟ੍ਰਾਇਲ ਨਹੀਂ ਬਣਾ ਦਿੰਦਾ, ਉਹ ਪੋਲੀਟੀਕਲੀ ਉਹਨਾਂ ਨੂੰ ਨਜ਼ਰਬੰਦ ਕੀ। ਪਰ ਜੋ ਐੱਨ ਐੱਸ ਏ ਹੈ, ਅਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੁੰਦੀ ਤਾਂ ਮੈਸੇਜ ਲੋਕਾਂ ਦਾ ਪ੍ਰੈਸ਼ਰ ਬਣੂਗਾ, ਸੈਂਟਰ ਸਰਕਾਰ 'ਤੇ ਬਣੂਗਾ, ਪੰਜਾਬ ਸਰਕਾਰ 'ਤੇ ਬਣੂਗਾ ਵੀ ਦੇਖੋ ਇਹ ਤੁਹਾਡੀ ਪ੍ਰਣਾਲੀ ਦੇ ਵਿੱਚੋਂ, ਚੋਣ ਪ੍ਰਣਾਲੀ ਦੇ ਵਿੱਚੋਂ ਲੋਕਾਂ ਦਾ ਦਿੱਤਾ ਹੋਇਆ ਇੱਕ ਫਤਵਾ। ਜਿਹੜੇ ਬੰਦੇ ਨੂੰ ਲੋਕ ਨਹੀਂ ਸਪੋਰਟ ਕਰਦੇ ਹੋਣਗੇ ਤਾਂ ਉੱਥੇ ਤਾਂ ਉਹ ਗੱਲ ਵੀ ਨਹੀਂ ਕਰਨਗੇ ਕਿਤੇ, ਅਤੇ ਜਿਹੜੇ ਬੰਦੇ ਨੂੰ ਲੋਕ ਸਪੋਰਟ ਕਰ ਦੇਣਗੇ ਅਤੇ ਉਹ ਮਤਲਬ ਕਿ ਲੋਕਾਂ ਨੇ ਤਾਂ ਕਹਿਤਾ ਵੀ ਇਹ ਨਿਰਦੋਸ਼, ਅਦਾਲਤਾਂ ਦੇ ਵਿੱਚੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਨਿਰਦੋਸ਼ ਸਾਬਤ ਹੋਇਆ, 307 ਕਦੇ
100 ਸਾਲ ਲੱਗ ਜੇ ਕਦੇ ਸਾਬਤ ਨਹੀਂ ਹੋ ਸਕਦੀ ਭਾਈ ਅੰਮ੍ਰਿਤਪਾਲ ਸਿੰਘ ਦੇ ਅਗੇਂਸਟ ਅਜਨਾਲੇ ਕਾਂਡ, ਤਾਂ ਇਹ ਵੀ ਉਹਨਾਂ ਨੇ ਜੋ ਨਿਰਦੋਸ਼ ਸਾਬਤ ਹੋ ਜਾਣੇ, ਪਰ ਲੋਕਾਂ ਦਾ ਇੱਕ ਮੈਂਡੇਟ ਹੋ ਜਾਣਾ ਵੀ ਇਹ ਨਿਰਦੋਸ਼ ਹੈ, ਇਹਨਾਂ ਦੀ ਬੰਦ ਖਲਾਸੀ ਹੋਣੀ ਚਾਹੀਦੀ ਹੈ। ਸਰਕਾਰਾਂ 'ਤੇ ਪ੍ਰੈਸ਼ਰ ਬਣਨ, ਸਰਕਾਰਾਂ ਵੋਟਾਂ 'ਤੇ ਖੜੀਆਂ ਹੁੰਦੀਆਂ ਨੇ, ਲੀਡਰਾਂ ਦੀਆਂ ਜ਼ਮੀਰਾਂ ਵੋਟਾਂ 'ਤੇ ਹੁੰਦੀਆਂ ਨੇ, ਇਹਨਾਂ ਦੀ ਲੱਤਾਂ ਕੰਬ ਜਾਣੀਆਂ ਨੇ, ਇਹਨਾਂ ਨੇ ਜੋ ਬੰਦ ਖਲਾਸੀ ਕਰ ਦੇਣੀ। ਜੇ ਉਹ ਬਾਹਰ ਆ ਜਾਂਦੇ ਨੇ ਤੇ ਜਿਹੜੇ ਉਹਨਾਂ ਦੇ ਸਾਥੀਆਂ ਦੀ ਵੀ ਨਾਲ ਗ੍ਰਿਫਤਾਰੀ ਹੋਈ ਹੈ, ਉਹਨਾਂ ਦਾ ਫਿਰ ਕੀ ਬਣੂ, ਉਹ ਵੀ ਉਹਨਾਂ ਦੇ ਨਾਲ ਬਾਹਰ ਆ ਸਕਦੇ ਨੇ? ਹਾਂਜੀ, ਦੇਖੋ ਜੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹਨਾਂ ਨੇ ਮੇਨ ਜੋ ਦਿਖਾਇਆ ਹੈ, ਜੋ ਮੇਨ ਬ੍ਰੇਨ ਦਿਖਾਇਆ ਹਰੇਕ ਚੀਜ਼ ਦੇ ਵਿੱਚ, ਜਿਹੜੇ ਨਾਲ ਦੇ ਸਾਥੀ ਨੇ ਉਹਨਾਂ 'ਤੇ ਵੀ NSA ਇਸੇ ਕਰਕੇ ਲਾਈ ਹੈ, ਭਾਈ ਅੰਮ੍ਰਿਤਪਾਲ ਸਿੰਘ ਦੇ ਉਹ ਸਾਥੀ ਨੇ ਉਹਨਾਂ ਦੇ ਉੱਪਰ, ਜੋ ਉਸ ਤੋਂ ਬਾਅਦ ਹੈ ਜੋ ਪਰਚੇ ਪਾਏ ਨੇ ਭਾਈ ਅੰਮ੍ਰਿਤਪਾਲ ਸਿੰਘ 'ਤੇ ਮੇਨ ਬਣਾ ਕੇ ਪਾਏ ਨੇ, ਭਾਈ ਅੰਮ੍ਰਿਤਪਾਲ ਸਿੰਘ ਨੇ ਸਪੀਚਾਂ ਦੇ ਕੇ ਬਾਕੀ ਨੌਵਾਂ 'ਤੇ NSA ਲੱਗੀ ਹੈ, ਅਤੇ ਜੇ ਮੇਨ ਬੰਦੇ ਦੀ ਬੰਦ ਖਲਾਸੀ ਹੋ ਜੇ ਤਾਂ ਫਿਰ ਨਾਲਦਿਆਂ ਦੀ ਤਾਂ ਬਦੋ ਬਦੀ ਆਟੋਮੈਟਿਕਲੀ ਹੋ ਜਾਣੀ ਹੈ, ਅਤੇ ਫਿਰ ਮਗਰ ਕੁਛ ਰਹਿ ਨਹੀਂ ਜਾ। ਤਾਂ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਬੰਦ ਖਲਾਸੀ ਹੁੰਦੀ ਹੈ ਤਾਂ ਜਿਹੜੇ ਬਾਕੀ 9 ਨਾਲ ਨੇ ਉਹਨਾਂ ਦੀ ਵੀ ਜੋ NSA ਟੁੱਟ ਜਾਣੀ ਚਾਹੀਦੀ ਹੈ।